इस लई केंद्र सरकार नूं कहना चाहुंदे आ उहनां ने वी कह दित्ता सी पंजाब सरकार लिख देवे असीं कैदी छड्ड सकदे आ पर इहनां बेईमानां ने उहनां नूं अंदर ढकण च कोई कसर नहीं छड्डी। अज उह लोक ड्रामे करदे फिरदे ने बंदी सिंघां दे नां ते रिहाई दे नां। ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦੇ ਹਾਂ। ਅੱਜ ਦਾ ਜਿਹੜਾ ਸਿੱਖ ਨੀਤੀ ਮਾਰਚ ਹੈ ਉਹ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵੇਚੇ ਗਏ, ਤਿੰਨਾਂ ਦੇ ਇਨਸਾਫ ਲਈ। ਦੂਸਰਾ, ਕਈ ਦਹਾਕਿਆਂ ਤੋਂ ਸਾਡੇ ਕੌਮੀ ਯੋਧੇ ਜਿਨ੍ਹਾਂ ਨੇ 30-30 ਸਾਲ ਕਰੀਬਨ ਸਜ਼ਾਵਾਂ ਭੁਗਤੀਆਂ, ਅਜੇ ਵੀ ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਤਿੰਨਾਂ ਦੀ ਰਿਹਾਈ ਵਾਸਤੇ ਇਹ ਅੱਜ ਦਾ ਸਿੱਖ ਨੀਤੀ ਮਾਰਚ ਕੱਢਿਆ ਜਾ ਰਿਹਾ ਹੈ। ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਪ੍ਰਸ਼ਾਸਨ ਜਾਂ ਇਹ ਕਹਿ ਲਈਏ ਕਿ ਸਰਕਾਰ ਨਾਂ ਦੀ ਕੋਈ ਚੀਜ਼ ਸਾਨੂੰ ਤਾਂ ਨਜ਼ਰ ਨਹੀਂ ਆ ਰਹੀ। ਅਸੀਂ ਅੱਜ ਇਸ ਮਾਰਚ ਰਾਹੀਂ ਅਮਿਤ ਸ਼ਾਹ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਹਾਂ, ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਜਿਵੇਂ ਤੁਸੀਂ ਗੁਜਰਾਤ ਦੇ ਅਜਿਹੇ ਕੇਸਾਂ ਨਾਲ ਮਿਲਦੇ ਜੁਲਦੇ ਬੰਦੇ ਤਾਮਿਲਨਾਡੂ ਦੇ ਸਰਕਾਰਾਂ ਦੇ ਭਰੋਸੇ 'ਚ ਲੈ ਕੇ ਛੱਡੇ ਗਏ ਨੇ, ਤਿਵੇਂ ਉਹਨਾਂ ਕੇਸਾਂ ਦੇ ਨਾਲ ਇਹ ਸੰਬੰਧਿਤ ਸਾਡੇ ਸਿੱਖ ਜਿਹੜੇ ਨੌਜਵਾਨ ਨੇ, ਪਹਿਲਾਂ ਉਹਨਾਂ ਨੇ ਆਪਣੀਆਂ ਜਵਾਨੀਆਂ ਰੋਲੀਆਂ, ਅੱਜ ਬੁਢੇਪਾ ਰੋਲਦੇ ਪਏ ਨੇ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ, ਫਰਾਕ ਦਿੱਲੀ ਵਿਖਾਈ ਜਾਏ। ਅਤੇ ਜਿਹੜੇ ਲੋਕ ਪੰਜਾਬ ਤੋਂ ਜਾ ਕੇ ਕੁਰਸੀਆਂ ਦੀ ਖਾਤਰ ਤੁਹਾਨੂੰ ਜਾ ਕੇ ਸਾਨੂੰ ਅੱਤਵਾਦੀ ਦੱਸਦੇ ਨੇ ਅਤੇ ਪੰਜਾਬ ਵਿੱਚ ਆ ਕੇ ਕੇਂਦਰ ਨੂੰ ਮਤਰੇਈ ਮਾਂ ਦੱਸਦੇ ਨੇ, ਇਹਨਾਂ ਲੋਕਾਂ ਤੋਂ ਸੁਚੇਤ ਰਿਹਾ ਜਾਏ। ਤੀਸਰਾ, ਬੰਦੀ ਸਿੰਘਾਂ ਨੂੰ ਲੈ ਕੇ ਬਾਦਲਕਿਆਂ ਦਾ ਡਰਾਮਾ ਜਿਹੜਾ 12 ਤਰੀਕ ਨੂੰ ਕੀਤਾ ਜਾਣਾ ਹੈ, ਚੋਲੇ ਵੀ ਕਾਲੇ, ਝੰਡੇ ਵੀ ਕਾਲੇ, ਕੰਮ ਵੀ ਕਾਲੇ ਅਤੇ ਮੂੰਹ ਵੀ ਕਾਲੇ, ਇਹਨਾਂ ਲੋਕਾਂ ਤੋਂ ਸੁਚੇਤ ਰਿਹਾ ਜੇ। ਇਹੀ ਬਾਦਲ ਕੋੜਮਾ ਕਦੇ ਸਰਕਾਰ ਦੇ ਵਿੱਚ ਸੀ, ਇਹੀ ਲੋਕ ਕਹਿੰਦੇ ਸਨ ਇਹ ਅੱਤਵਾਦੀ ਨੇ, ਇਹ ਸਿੱਖ ਨੌਜਵਾਨ ਇਹ ਕਾਤਲ ਨੇ, ਇਹ ਕੌਮ ਦਾ ਪੰਥ ਦਾ ਕੀ ਸਵਾਰ ਸਕਣਗੇ। ਇਸ ਤਰ੍ਹਾਂ ਦੀਆਂ ਤੂੰਬਤਾਂ ਬਾਦਲਕਿਆਂ ਨੇ ਲਾਈਆਂ ਅਤੇ ਅੱਜ ਉਹ ਕਹਿੰਦੇ ਜੀ ਅਸੀਂ ਰੋਸ ਮਾਰਚ ਕੱਢਾਂਗੇ ਜੀ, ਅੱਜ ਉਹ ਕਰਾਂਗੇ। ਇਸ ਲਈ ਸਿੱਖ ਪੰਥ ਨੂੰ ਇੱਕ ਆਵਾਜ਼ ਕਿ ਬਾਦਲਕਿਆਂ ਵੱਲੋਂ ਬੰਦੀ ਸਿੰਘਾਂ 'ਤੇ ਹੋਣ ਵਾਲੇ ਡਰਾਮੇ ਤੋਂ ਸੁਚੇਤ ਰਹੋ। ਕੇਂਦਰ ਸਰਕਾਰ ਫਰਾਕ ਦਿਲੀ ਵਿਖਾ ਕੇ ਇਹਨਾਂ ਨੌਜਵਾਨਾਂ ਨੂੰ ਰਿਹਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਲਈ ਇੱਕ CBI ਜਾਂਚ ਕਰਾਵੇ, ਮੁਕੱਦਮਾ ਕਰੇ, ਕਿਉਂਕਿ ਪੰਜਾਬ ਵਾਲੀ ਸਰਕਾਰ, ਪੰਜਾਬ ਦਾ ਪ੍ਰਸ਼ਾਸਨ ਇਹ ਤਾਂ ਉਹ ਕਵਰ ਖੋਦ ਰਹੇ ਨੇ 328 ਸਰੂਪਾਂ 'ਤੇ, ਜਿਸ ਕਵਰ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਡਿੱਗਣਗੀਆਂ ਔਰ ਉਹਨਾਂ ਕੋ ਕਾਨੂੰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੋਵੇਗਾ। ਅਤੇ ਕਾਨੂੰਨ ਵਾਲੇ ਹੱਥ ਅੱਜ ਦਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਵੱਢ ਕੇ ਜਾਣਗੀਆਂ। ਇਹ ਸਾਡੀਆਂ ਪੀੜ੍ਹੀਆਂ ਨੇ ਦਿਨ ਵੇਖਣੇ ਨੇ, ਉਹਦੇ ਸਦੀਵੀ ਹੱਲ ਲਈ ਦਰਬਾਰ ਸਾਹਿਬ ਇਹਨਾਂ ਤੋਂ ਛੁਡਾ ਲਓ, ਬਚ ਜਾਵਾਂਗੇ। ਜੇ ਨਹੀਂ ਛੁੱਟਿਆ ਤਾਂ ਫਿਰ ਸਮਝ ਲਓ ਜਿਵੇਂ ਨਨਕਾਣੇ ਨੂੰ ਤਰਸਦੇ ਹਾਂ, ਇੱਕ ਦਿਨ ਪੰਜਾਬ ਨੂੰ ਵੀ ਤਰਸਿਆ ਕਰਾਂਗੇ। ਬੇਟਾ ਸਾਹਿਬ, ਆਮ ਆਦਮੀ ਪਾਰਟੀ ਕਹਿੰਦੀ ਸੀ ਜਦੋਂ ਚੋਣਾਂ ਤੋਂ ਪਹਿਲਾਂ ਸਰਕਾਰ ਬਣਨੀ ਸੀ ਉਹ ਕਹਿੰਦੇ ਸੀ ਕਿ 328 52 ਸਰੂਪਾਂ ਦਾ ਵੀ ਹਿਸਾਬ ਦਿੱਤਾ ਜਾਵੇਗਾ, ਬੇਅਦਬੀ ਮਾਮਲਿਆਂ ਦਾ ਵੀ ਹਿਸਾਬ ਦਿੱਤਾ ਜਾਵੇਗਾ ਜੀ। ਇਹ ਕਹਿ ਰਹੇ ਸੀਗੇ ਨਾ, ਅੱਜ ਭਗਵੰਤ ਮਾਨ ਨੂੰ ਪੁੱਛੋ, ਜਿਹਦੇ ਘਰ ਬਹਿ ਕੇ ਅਸੀਂ 6 ਦਿਨ ਉੱਥੇ ਕੀਰਤਨ ਹੀ ਕੀਤਾ, ਕੋਈ ਮੁਰਦਾਬਾਦ ਜਿੰਦਾਬਾਦ ਨਹੀਂ ਕੀਤਾ, ਉਸੇ ਹੀ ਭਗਵੰਤ ਮਾਨ ਦੀ ਸਰਕਾਰ ਨੇ ਸਾਨੂੰ ਡੰਡਾ ਤੰਤਰ ਦੇ ਜ਼ੋਰ ਨਾਲ ਰਾਤ ਨੂੰ ਅਗਵਾ ਕੀਤਾ, ਇਹ ਗ੍ਰਿਫਤਾਰ ਨਹੀਂ ਕੀਤਾ, ਬਿਨਾਂ ਨੋਟਿਸ ਦਿੱਤੇ ਚੁੱਕਿਆ ਹੈ ਔਰ ਬਿਨਾਂ ਦੱਸੇ ਲੈ ਕੇ ਗਏ ਕਿ ਕਿੱਥੇ ਲੈ ਕੇ ਚੱਲੇ। ਰਾਤ 2 ਵਜੇ ਫਤਿਹਗੜ੍ਹ ਸਾਹਿਬ ਛੱਡੇ, 2:15 ਵਜੇ, ਔਰ ਸਾਡੀਆਂ ਸ੍ਰੀ ਸਾਹਿਬਾਂ, ਸਾਡੇ 9 ਇਹਨਾਂ ਬਜ਼ੁਰਗਾਂ ਦੀਆਂ ਦਸਤਾਰਾਂ, ਕਿਉਂਕਿ ਆਰਾਮ ਕਰ ਰਹੇ ਸੀ ਸਿੰਘ, ਆ ਵੱਡੀਆਂ ਸ੍ਰੀ ਸਾਹਿਬਾਂ ਸਰਾਣੇ ਸੀ, ਨਿੱਕੀਆਂ ਗਲ ਸੀਗੀਆਂ, ਇਹ ਜੁੱਤੀਆਂ ਸਮੇਤ ਉੱਤੇ ਚੜ੍ਹੇ ਆ।
इन्होंने गुरबाणी दियां पोथियां तक का ख्याल नहीं किया। ये मान सरकार ने भी कलंक खटिया टोकरा सुभा दा सिर च पवाया ते सानू मान सरकार तो कोई भरोसा नहीं, इसलिए असी अमित शाह केंद्र सरकार नू कह रहे हैं ते जे केंद्र सरकार ने भी साड़ी आवाज़ नहीं सुननी ते फिर सानू दस जरूर देन, असी काबल कंधार नू जाइए कि पाकिस्तान तो जाके इंसाफ मंगिए। अमृतसर प्रशासन का इहदे च किन्ना कु संजोग है, पुलिस प्रशासन जिहड़ा किस तरह दा वर्तिया कर रहा है? अज दा मार्च बाबा दीप सिंह जी दे स्थान तो अरदास करके चले हाँ, घ्यो मंडी शेरां वाला गेट हाल बाजार कुतवाली हुंदा होया, ये पंथ कहोके वाली थां विरासती गली धर्म सिंह मार्केट च जाके इन्हें संपन्न होना है, ये उत्थे तक लैके जाना है। तो प्रशासन वालों कल साड़ी इत्थे दे जिहड़े अपने पंडाल साहब ने उन्हां नाल भी एक इकत्रता हुई जिहदे विच उन्होंने सारी जिम्मेवारी चुकी है कि असीं इत्थों लैके उत्थे तक पुलिस तुहाडा जिहड़ा पूरा ख्याल रखूगी भी उहदे विच कोई अड़चन ना पवे, कोई होर आके छेड़खानी ना करे, ये सानू कल जिहड़ा भरोसा दवाया गया सी चंगी गल है। पर मैं प्रशासन नू कहांगा 328 सरूपां दा परचा दर्ज करके पीढ़ियां जिहड़ियां कवर खोदी जा रही उहनू रोक लिया जाए। राणा साहब